ਤਾਂ ਕਾ ਗਿਰਦੈ ਤਰ ਮਨ ਧਿਆਨ
ਕੋਸ਼ਿਸ਼ ਕਰ ਦਿੰਦਾ ਜਿਨ੍ਹਾਂ ਨੂੰ ਨਹੀਂ ਸਮਝ ਆਉਂਦਾ ਉਹਨਾਂ ਨੂੰ ਸਮਝ ਆ ਜਾਏ। ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਦਾ ਸ਼ਬਦ ਹੈ, ਹਰ ਕੇ ਚਰਨ ਜਪ ਜਾਉ ਕੁਰਬਾਨ। ਤੂੰ ਸਾਰਿਆਂ ਨੇ ਮੇਰੇ ਨਾਲ ਇੱਦਾਂ ਹੀ ਪੜ੍ਹਨਾ ਜੀ, ਹਰ ਕੇ ਚਰਨ ਜਪ, ਹਰ ਕੇ ਚਰਨ ਜਪ, ਆਖੋ ਜੀ ਹਰ ਕੇ ਚਰਨ ਜਪ ਜਾਉ ਕੁਰਬਾਨ। ਹੁਣ ਚਰਨਾਂ ਨੂੰ ਜਪਿਆ ਤਾਂ ਨਹੀਂ ਜਾ ਸਕਦਾ ਨਾ, ਇਹਦਾ ਮਤਲਬ ਚਰਨਾਂ ਨੂੰ ਜਪਿਆ ਨਹੀਂ ਜਾ ਸਕਦਾ। ਸੱਚੇ ਪਾਤਸ਼ਾਹ ਕਹਿੰਦੇ ਹਰ ਕੇ ਚਰਨ ਜਪ, ਰੱਬ ਦੇ ਚਰਨਾਂ ਨੂੰ ਜਪ, ਇਹ ਤਾਂ ਗੱਲ ਬਣੀ ਨਹੀਂ। ਚਰਨਾਂ ਨੂੰ ਕਿੱਦਾਂ ਜਪੋਗੇ? ਪਰ ਜਪਿਆ ਜਾ ਸਕਦਾ। ਵਾਹਿਗੁਰੂ ਜੀ ਦਾ ਕੋਈ ਸਰੀਰ ਥੋੜ੍ਹੀ ਨਾ ਜਿਹਨੂੰ ਜਪਣਾ, ਆਖੋ ਵਾਹਿਗੁਰੂ। ਵਾਹਿਗੁਰੂ ਜੀ ਦਾ ਸਰੀਰ ਨਹੀਂ ਹੈ, ਵਾਹਿਗੁਰੂ ਜੀ ਦਾ ਕੇਵਲ ਸ਼ਬਦ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਵਾਹਿਗੁਰੂ ਜੀ ਦੇ ਸ਼ਬਦ ਨੂੰ ਜਪ ਕੇ ਕੁਰਬਾਨ ਹੋ ਜਾ, ਕਿਉਂਕਿ ਸ਼ਬਦ ਮਿੱਠਾ, ਸ਼ਬਦ ਸੁੱਖ ਦਿੰਦਾ, ਸ਼ਬਦ ਜ਼ਿੰਦਗੀ ਹੈ, ਸ਼ਬਦ ਬੰਦਗੀ ਹੈ। ਅਤੇ ਜਦੋਂ ਤੂੰ ਉਹਨੂੰ ਜਪੇਗਾ ਅਤੇ ਜਦੋਂ ਤੈਨੂੰ ਸੁੱਖ ਮਿਲੇਗਾ, ਤੈਨੂੰ ਸ਼ਾਂਤੀ ਮਿਲੇਗੀ, ਤੂੰ ਕਹੇਗਾ ਨਾ ਮੈਂ ਤੇਰੇ ਤੋਂ ਕੁਰਬਾਨ ਜਾਣਾ। ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ਰ। ਹੁਣ ਗੁਰੂ ਅਧੂਰਾ ਨਹੀਂ, ਕਿਉਂਕਿ ਉਹਦਾ ਸਰੀਰ ਨਹੀਂ, ਸਰੀਰ ਮਰਦਾ, ਗੁਰੂ ਹੈ ਸ਼ਬਦ, ਸ਼ਬਦ 'ਤੇ ਮਰਦਾ ਨਹੀਂ, ਸ਼ਬਦ 'ਤੇ ਅਟਲ ਹੈ। ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ਰ, ਤਾਂਕਾ ਹਿਰਦੈ ਧਰ ਮਨ ਧਿਆਨ। ਗੁਰੂ ਨੂੰ ਕੇਵਲ ਜੇਬਾਂ ਤੱਕ ਨਾ ਰੱਖ, ਹਿਰਦੇ ਤੱਕ ਲੈ ਆ। ਪਿਆਰ ਕੇਵਲ ਲਫਜ਼ਾਂ ਦਾ ਨਹੀਂ ਹੈ, ਧਿਆਨ ਦਿਓ ਜੇ, ਇੱਧਰ ਉੱਧਰ ਵੇਖਣਾ ਬੰਦ ਕਰਕੇ ਇਕਾਗਰਤਾ ਆਪਾਂ ਕੀਰਤਨ ਵਿੱਚ ਕੋਸ਼ਿਸ਼ ਕਰੀਏ। ਸਾਡਾ ਧਿਆਨ ਭਟਕਣਾ ਨਹੀਂ ਚਾਹੀਦਾ। ਗੁਰੂ ਕਹਿੰਦੇ ਨੇ ਕੇਵਲ ਕਹਿ ਨਾ ਮੈਂ ਤੈਨੂੰ ਪਿਆਰ ਕਰਨਾ, ਦਿਲ ਤੇ ਅੰਦਰ ਲੈ ਜਾ ਪਿਆਰ, ਫਿਰ ਕਹਿ ਮੈਂ ਤੈਨੂੰ ਪਿਆਰ ਕਰਨਾ ਅਤੇ ਮੈਂ ਮੰਨਾਂਗਾ ਬਈ ਤੂੰ ਪਿਆਰ ਕਰਨਾ। ਤਾਂ ਕਾ ਹਿਰਦੇ ਧਰ ਮਨ ਧਿਆਨ, ਇਹਨੂੰ ਧਿਆਨ ਵਿੱਚ ਲੈ ਜਾ, ਹਿਰਦੇ ਵਿੱਚ ਲੈ ਜਾ।
ਆਪਾਂ ਅੱਖਾਂ ਬੰਦ ਕਰੀਏ, ਕੋਸ਼ਿਸ਼ ਕਰੀਏ, ਜਿੰਨੀਆਂ ਕੁ ਬੰਦ ਹੋ ਜਾਂਦੀਆਂ, ਜਿੰਨਾ ਕੁ ਬੋਲ ਸਕਣਾ ਬੋਲੀਏ, ਜਿੰਨਾ ਕੁ ਸੁਣ ਸਕਦੇ ਹਾਂ ਸੁਣੀਏ। ਜਿਹੜਾ ਸੁਣੇਗਾ ਨਾਨਕ ਭਗਤਾਂ ਸਦਾ ਵਿਗਾਸ, ਨਾਨਕ ਭਗਤਾਂ ਸਦਾ ਵਿਗਾਸ, ਆਖੋ ਨਾਨਕ ਭਗਤਾਂ ਸਦਾ ਵਿਗਾਸ। ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ਰ, ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ਰ, ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ਰ, ਹਿਰਦੈ ਧਰ ਮਨ ਧਿਆਨ, ਕਾਂਕਾ 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 ਹਰ ਕੇ ਚਰਨ ਜਪ ਜਾਓ ਕੁਰਬਾਨ, ਹਰ ਕੇ ਚਰਨ ਜਪ ਜਾਓ ਕੁਰਬਾਨ। ਸਤਸੰਗ ਜੀ, ਜਦ ਤੱਕ ਤੁਹਾਡੀ ਪੂਰੀ ਆਵਾਜ਼ ਨਹੀਂ ਆਉਂਦੀ ਨਾ, ਮੈਂ ਇੱਥੇ ਅੜਿਆ ਜੀ। ਮੈਨੂੰ ਪੂਰੀ ਆਵਾਜ਼ ਚਾਹੀਦੀ ਹੈ ਤੁਹਾਡੀ। ਹਰ ਕੇ ਚਰਨ ਜਪ ਜਾਓ ਕੁਰਬਾਨ, ਕੇ ਹਰ ਕੇ ਚਰਨ ਜਪ ਜਾਓ ਧਰਮਨ ਧਿਆਨ, ਕਾਂਕਾ ਹਿਰਦੈ ਧਰਮਨ ਧਿਆਨ, ਕਾਂਕਾ ਹਿਰਦੈ ਧਰਮਨ ਧਿਆਨ, ਕਾਂਕਾ ਹਿਰਦੈ ਧਰਮਨ, ਕਾਂਕਾ ਹਿਰਦੈ ਧਰਮਨ ਧਿਆਨ, ਕਾਂਕਾ ਹਿਰਦੈ ਧਰਮਨ ਧਿਆਨ, ਕਾਂਕਾ ਸਿਮਰ ਸੁਖ ਦਾਤਾ, ਸਿਮਰ 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 ਸੁਖ ਦਾਤਾ, ਸਿਮਰ 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 ਸੁਖ ਦਾਤਾ, ਸਗਲ ਜਹਾਂ ਜਾਂ ਕਾ ਕੀਆ ਸਗਲ ਜਹਾਂ, ਜਿਹਨੇ ਸਾਰਾ ਜਗਤ ਬਣਾਇਆ ਉਹਦਾ ਸਿਮਰਨ ਕਰ। ਸਿਮਰ 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 ਸੁਖ ਦਾਤਾ, ਸਿਮਰ ਸਿਮਰ
सुखदाता इच्छा कतिया सकल जहां सगल रसना रव हो एक नारायण रसना रव एक नारायण रसना रव एक नारायण साची दरगाह पावो मान साची दरगाह पावो मान साची दरगाह पावो मान साची दरगाह पावो मान साची दरगाह पावो मान
संग प्राप्त जाको
तुरंत जान ते जी करेगा घर नू चलिए आखो आखो प्यारे आखो बोलो बोलो अतुल्य था
अडोल स्वामी अटोल ਬੈਰੀ ਲੈ ਬਾਂਧੇ
Thank you.
تیرے
ketak da mara ketak da
चरणा तेरे चरण कूड़ तेरे चरणा तेरे चरण कूड़ तेरे चरणा तेरे चरण कूड़ तेरे चरणा तेरे चरण कूड़ पागी पावा पागी पावा रामा पागी पावा रामा पागी पावा रामा वर्ण ना साखा साचे अलखे अपारा साचे अलखे अपारा साचे अलखे अपारा ऐसा तू है वर्ण ना सा जैसा तू है वर्ण ना सकूं जैसा तू है तब मेरा बेअंत गए बेअंत गए अंत किने न लखनी प्रभु मेरा बेअंत गै अंत किने न लखनी प्रभु मेरा बेअंत गै अंत किने न लखनी प्रभु मेरा बेअंत गै अंत किने न लखनी ਸੱਚੇ ਰਚ
ਸਤਿਗੁਰ ਚਰਣੀ ਲੱਗਿਆ ਸਭ ਘਰਾਂ ਵਿੱਚ ਜਟਨੀ ਜੋ ਇੱਛਾ ਸੋ ਫਲ ਪਾਏ ਸੀ ਸਭ ਘਰਾਂ ਵਿੱਚ ਜਟਨੀ ਸਭ ਘਰਾਂ ਵਿੱਚ ਜਟਨੀ ਜੋ ਕਿੱਛੇ ਸੋ ਪਲ ਪਾਏ ਸੀ ਸਭ ਘਰਾਂ ਵਿੱਚ ਸੇਵੀ ਗੁਣ ਰਵਾ ਸੇਵੀ ਗੁਣ ਰਵਾ
अंत किन्ना न लखनी रब मेरा बेअंत गए अंत किन्ना न लखनी ए सतगुर चरनी लगया हर नाम नित जपनी सतगुर ਉੱਚੇ ਸ਼ਬਦ ਨੇ ਬਹੁਤ ਮਿੱਠੇ ਸ਼ਬਦ ਨੇ ਸਾਨੂੰ ਅਸੀਂ ਕਲਯੁਗੀ ਜੀਵ ਸਾਡਾ ਧਿਆਨ ਨਹੀਂ ਲੱਗਦਾ ਬੇਧਿਆਨੇ ਹੋ ਕੇ ਗਾਉਂਦੇ ਸੁਣਦੇ ਹਾਂ ਸਤਿਗੁਰੂ ਕਿਰਪਾ ਕਰੇ ਅਸੀਂ ਧਿਆਨ ਰੂਪੀ ਘਰ ਵਿੱਚ ਬਹਿ ਕੇ ਇਸ ਬਾਣੀ ਨੂੰ ਗਾ ਸਕੀਏ ਇਹ ਬਾਣੀ ਬੰਦੇ ਦੀ ਸੁਰਤ ਨੂੰ ਰੱਬ ਨਾਲ ਜੋੜਨ ਵਾਸਤੇ ਹੈ ਇਹ ਲੋਗਨ ਰਾਮ ਖਲੋਣਾ ਜਾਣਾ ਅਸੀਂ ਕੀਰਤਨ ਨੂੰ ਵੀ ਇੱਦਾਂ ਹੀ ਸਮਝਿਆ ਟਕਾਅ ਸਾਡਾ ਬਹੁਤ ਘੱਟ ਬਣਦਾ ਕੋਸ਼ਿਸ਼ ਵੀ ਨਹੀਂ ਕਰਦੇ ਕਿ ਸਾਨੂੰ ਸਾਡੇ ਮਨ ਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਜਿਵੇਂ ਭਾਈ ਸਾਹਿਬ ਮੇਰੇ ਤੋਂ ਪਹਿਲਾਂ ਹਜ਼ੂਰੀ ਰਾਗੀ ਭਾਈ ਸਾਹਿਬ ਕਥਾ ਕਰ ਰਹੇ ਸਨ ਸਾਡਾ ਮਕਸਦ ਕੀਰਤਨ ਦਾ ਹੈ ਕਿ ਸਾਡੀ ਲਿਵ ਲੱਗ ਜਾਏ ਹੋਰ ਕੋਈ ਮਕਸਦ ਨਹੀਂ ਹੈ ਇੱਥੇ ਕੀ ਕਰਨ ਆਉਂਦੇ ਹਾਂ ਅਸੀਂ ਕਿ ਮਿਊਜ਼ਿਕ ਦਾ ਆਨੰਦ ਲੈਣ ਆਉਂਦੇ ਹਾਂ ਮੈਂ ਨਹੀਂ ਮਨਾ ਕਰਦਾ ਨਹੀਂ ਲੈਣ ਆਉਂਦੇ ਮਿਊਜ਼ਿਕ ਸੱਚੇ ਪਾਤਸ਼ਾਹ ਨੇ ਦਿੱਤਾ ਪਰ ਕੇਵਲ ਭਾਂਡੇ ਨੂੰ ਮਿਲਣ ਨਹੀਂ ਆਉਂਦੇ ਵਿੱਚ ਭੋਜਨ ਛਕਣ ਆਉਂਦੇ
ਸਾਡਾ ਮਕਸਦ ਕੀ ਹੈ ਗੁਰਦੁਆਰੇ ਆਉਣ ਦਾ? ਕਿ ਅਸੀਂ ਲੋਕਾਂ ਨੂੰ ਮਿਲਣ ਆਉਂਦੇ ਹਾਂ ਕਿ ਸਾਰੇ ਰਿਸ਼ਤੇਦਾਰ ਦੋਸਤ ਯਾਰ ਸਾਨੂੰ ਗੁਰਦੁਆਰੇ ਮਿਲਣਗੇ, ਕਿ ਟਾਈਮ ਪਾਸ ਕਰਨ ਆਉਂਦੇ ਹਾਂ ਕਿ ਸੰਡੇ ਹੈ ਚੱਲ ਕਿਧਰੇ ਹੋਰ ਨਹੀਂ ਜਾਂਦੇ ਗੁਰਦੁਆਰੇ ਹੋ ਆਉਂਦੇ? ਨਹੀਂ, ਸਾਡਾ ਕੇਵਲ ਅਤੇ ਕੇਵਲ ਮਕਸਦ ਹੈ, ਸਾਡੀ ਯਾਤਰਾ ਸ਼ਮਸ਼ਾਨ ਘਾਟ ਨੂੰ ਪਹੁੰਚ ਰਹੀ ਹੈ। ਸਾਨੂੰ ਮਹਿਸੂਸ ਨਹੀਂ ਹੁੰਦਾ ਕਿ ਇਹ ਸਾਡਾ ਹਰ ਕਦਮ ਮੌਤ ਵੱਲ ਨੂੰ ਜਾ ਰਿਹਾ। ਸਾਡੀ ਰੱਬ ਜੀ ਨਾਲ ਲਿਵ ਨਹੀਂ ਲੱਗੀ ਤਾਂ ਅਸੀਂ ਰੁਲ ਜਾਵਾਂਗੇ, ਅਤੇ ਲਿਵ ਲੱਗ ਗਈ ਤਾਂ ਸਾਡੀ ਪੱਤ ਰੱਖੀ ਜਾਏਗੀ। ਸਾਨੂੰ ਨਹੀਂ ਮਹਿਸੂਸ, ਦੂਜੇ ਨੂੰ ਤੋਰਦੇ ਹਾਂ, ਦੂਜੇ ਨੂੰ ਸਾੜਦੇ ਹਾਂ, ਦੂਜੇ ਦੀ ਦਰਦ ਨੂੰ ਦੇਖਦੇ ਹਾਂ, ਦੂਜੇ ਦੀ ਤ੍ਰਾਸਣਾ ਨੂੰ ਵੇਖਦੇ ਹਾਂ, ਪਰ ਇੱਦਾਂ ਲੱਗਦਾ ਵੀ ਇਹ ਚੀਜ਼ ਸਾਡੇ ਨਾਲ ਨਹੀਂ ਹੋਏਗੀ। ਸਾਡਾ ਮਨ ਮੰਨਣ ਨੂੰ ਤਿਆਰ ਨਹੀਂ ਕਿ ਤੈਨੂੰ ਕੋਈ ਵੱਡਾ ਰੋਗ ਨਹੀਂ ਹੋ ਸਕਦਾ, ਤੂੰ ਹਸਪਤਾਲ ਦੇ ਐਮਰਜੈਂਸੀ 'ਚ ਨਹੀਂ ਪੈ ਸਕਦਾ। ਦੂਜਾ ਪਿਆ ਹਾਲ ਚਾਲ ਪੁੱਛ ਕੇ ਵਾਪਸ, ਉੱਦਾਂ ਦਾ ਉੱਦਾਂ ਹੀ ਰਹਿ ਗਿਆ। ਇਸ ਨੂੰ ਮਹਿਸੂਸ ਨਹੀਂ ਹੁੰਦਾ ਕਿ ਤੇਰੇ ਨਾਲ ਦਾ ਤੁਰ ਗਿਆ, ਤੂੰ ਵੀ ਜਾਣਾ। ਤਾਂ ਹੀ ਇਹ ਆਪਣੇ ਕਰਮ ਨਹੀਂ ਬਦਲਦਾ। ਇਸ ਮਨ ਨੂੰ ਸਮਝ ਹੀ ਨਹੀਂ ਆਉਂਦੀ ਕਿ ਹਮ ਆਦਮੀ ਹਾਂ, ਇੱਕਦਮੀ ਮੋਹਲਤ ਮੋਹਤ ਨਾ ਜਾਣਾ, ਪਤਾ ਨਹੀਂ ਕਦੋਂ ਤੁਰ ਜਾਣਾ। ਤੇਰੀ ਲਿਵ ਵਾਹਿਗੁਰੂ ਜੀ ਨਾਲ ਲੱਗ ਗਈ ਤਾਂ ਤੈਨੂੰ ਸੁੱਖ ਮਿਲੇਗਾ, ਇੱਥੇ ਵੀ ਅਤੇ ਅੱਗੇ ਵੀ। ਪਰ ਇਹ ਲਿਵ ਲਾਉਣ ਵਾਸਤੇ ਕੀਰਤਨ ਕਰਦਾ ਹੀ ਨਹੀਂ, ਕੀਰਤਨ ਸੁਣਦਾ ਹੀ ਨਹੀਂ। ਕਾਸ਼ ਇਸ ਮਨ ਨੂੰ 6 ਵਜੇ, ਐਸੀ 6 ਵਜੇ ਕਿ ਆਖੇ ਤੁਦਵਾਜ ਸਮਰੱਥ ਹੋਏ, ਨਾ ਹੀ ਕਿਰਪਾ ਕਰ ਬਨਵਾਰੀਆ, ਸਾਚੀ ਲਿਵੈ ਬਿਨ ਦੇ ਨਿਮਾਣੀ, ਦੇ ਨਿਮਾਣੀ ਲਿਵੈ ਬਾਜੋਂ। ਲਿਵ ਤੋਂ ਬਗੈਰ, ਰੱਬ ਦੇ ਨਾਲ ਲਿਵ ਜੋੜਨ ਤੋਂ ਬਗੈਰ ਤੇਰੀ ਪੱਤ ਰੁਲ ਜਾਏ, ਤੇਰੀ ਕੋਈ ਇੱਜ਼ਤ ਨਹੀਂ। ਦੁਨੀਆ ਭਾਵੇਂ ਕਹੀ ਜਾਏ ਤੂੰ ਬਹੁਤ ਉੱਚਾ ਹੈ, ਤੇਰੇ ਕੋਲ ਪੈਸਾ ਉੱਚਾ ਹੈ, ਰੁਤਬਾ ਬੜਾ ਉੱਚਾ ਹੈ, ਯਾਦ ਰੱਖੀ ਇਹ ਮਨ, ਜੇ ਤੈਨੂੰ ਗੁਰੂ ਨਾਨਕ ਨੇ ਇੱਜ਼ਤ ਨਾ ਦਿੱਤੀ ਤਾਂ ਤੇਰੀ ਇਹ ਫੋਕੀ ਇੱਜ਼ਤ ਕੰਮ ਨਹੀਂ ਆਉਣੀ। ਰੱਬ ਦੇ ਘਰੋਂ ਇੱਜ਼ਤ ਉਸੇ ਨੂੰ ਮਿਲਦੀ ਹੈ ਜਿਹਦੀ ਲਿਵ ਲੱਗ ਜਾਏ, ਰੱਬ ਜੀ ਦੇ ਨਾਮ ਨਾਲ ਲਿਵ ਲੱਗ ਜਾਏ। ਅਤੇ ਲਿਵ ਲੱਗਣ ਵਾਲਾ ਹੀ ਕਹਿੰਦਾ ਪ੍ਰਭ ਮੇਰਾ ਬੇਅੰਤ ਹੈ। ਜਦੋਂ ਉਹਨੇ ਸਮੁੰਦਰ 'ਚ ਗੋਤਾ ਮਾਰਿਆ, ਉਹਨੇ ਕਿਹਾ ਨਹੀਂ, ਇਹ ਬਾਲਟੀ ਵਿੱਚ ਆਉਣ ਵਾਲੀ ਚੀਜ਼ ਨਹੀਂ, ਇਹ ਗਲਾਸ ਵਿੱਚ ਬੁੱਕ ਵਿੱਚ ਆਉਣ ਵਾਲੀ ਚੀਜ਼ ਨਹੀਂ, ਇਹ ਮੁੱਕਣ ਵਾਲੀ ਚੀਜ਼ ਨਹੀਂ, ਇਹ ਨਾਪਣ ਵਾਲੀ ਚੀਜ਼ ਨਹੀਂ, ਇਹ ਤੋਲਣ ਵਾਲੀ ਚੀਜ਼ ਨਹੀਂ, ਬੇਅੰਤ ਹੈ ਜਿਹਦਾ ਕੋਈ ਅੰਤ ਨਹੀਂ, ਜਿਹਦੀ ਰਚਨਾ ਦਾ ਕੋਈ ਅੰਤ ਨਹੀਂ। ਵਾਹਿਗੁਰੂ ਕਿਰਪਾ ਕਰੇ ਸਾਡੀ ਸੁਰਤ ਉਹਦੇ ਪਿਆਰ ਵਿੱਚ ਜੁੜੇਗੀ, ਇਹੀ ਸ਼ਬਦ ਹੋਣਗੇ, ਸਾਨੂੰ ਇੰਨੇ ਮਿੱਠੇ ਲੱਗਣਗੇ, ਇੰਨੇ ਮਿੱਠੇ ਲੱਗਣਗੇ ਸਾਡੇ ਸ਼ਬਦਾਂ ਦਾ, ਇਹ ਸ਼ਬਦ ਸਾਡੀ ਜ਼ਿੰਦਗੀ ਬਣ ਜਾਣਗੇ। ਬਹੁਤ ਪਿਆਰੇ ਸ਼ਬਦ ਨੇ, ਵਰਨ ਨਾ ਸਾਕੋ ਜੈਸਾ ਤੂੰ ਹੈ। ਪਿਆਰ ਵਿੱਚ ਭਿਜਿਆ ਗੁਰੂ ਕਾ ਸਿੱਖ, ਪਿਆਰ ਵਿੱਚ ਭਿਜਿਆ ਰੱਬ ਦਾ ਬੰਦਾ, ਸਮੁੰਦਰ ਵਿੱਚ ਗੋਤਾ ਖਾਂਦਾ ਹੋਇਆ ਕਹਿੰਦਾ ਵਰਨ ਨਾ ਸਾਕੋ ਜੈਸਾ ਤੂੰ ਹੈ। ਇਹ ਕੋਈ ਰੱਬ ਤੋਂ ਟੁੱਟਿਆ ਬੰਦਾ ਥੋੜ੍ਹੀ ਨਾ ਕਹਿ ਰਿਹਾ ਕਿ ਮੈਂ ਤੇਰੀ ਵਖਿਆਨ ਨਹੀਂ ਕਰ ਸਕਦਾ। ਇਹ ਰੱਬ ਵਿੱਚ ਲੀਨ ਮਨ ਤਨੇ ਗਲਤਾਨ ਹੋਇਆ ਬੰਦਾ ਕਹਿੰਦਾ ਕਿ ਰੱਬਾ ਤੂੰ ਤਾਂ ਬਹੁਤ ਬੇਅੰਤ ਹੈ, ਮੈਨੂੰ ਸਵਾਦ ਆਉਂਦਾ ਬਾਣੀ ਦਾ, ਪਰ ਤੂੰ ਇਸ ਸਵਾਦ ਦਾ ਕਿਣਕਾ ਹੈ, ਅਸਲ ਵਿੱਚ ਤਾਂ ਤੂੰ ਬਹੁਤ ਮਿੱਠਾ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਬੇਅੰਤ ਬੇਅੰਤ ਬੇਅੰਤਾ ਬੇਅੰਤ ਗੁਣ ਤੇਰੇ, ਕੇਤਕ ਗਾਵਾਂ ਰਾਮ
ਕੋਈ ਗਾ ਰਿਹਾ, ਦਿਨ ਰਾਤ ਗਾ ਰਿਹਾ, ਸਾਡੇ ਪੱਖੋਂ ਨਹੀਂ, ਦਿਨ ਰਾਤ ਉਹਦੀ ਸੁਰਤ ਗਾ ਰਹੀ ਹੈ। ਧੰਨ ਗੁਰੂ ਕੇ ਲਾਲ, ਧੰਨ ਪਿਆਰੇ ਰੱਬ ਜੀ ਦੇ ਬੰਦੇ, ਦਿਨ ਰਾਤ ਸੁਰਤ ਨਾਲ ਵਾਹਿਗੁਰੂ ਦਾ ਨਾਮ ਜਪਦੇ ਨੇ, ਰੱਬ ਦਾ ਨਾਮ ਜਪਦੇ ਨੇ, ਅਥਾਹ ਜਪਦੇ ਨੇ। ਉਸ ਤੋਂ ਬਾਅਦ ਕਹਿੰਦੇ ਨੇ, ਸੱਚੇ ਪਾਤਸ਼ਾਹ ਤੂੰ ਬੇਅੰਤ ਹੈ, ਮੇਰੇ ਇੱਕ ਦੇ ਜਪਨ ਨਾਲ ਤੇਰੇ ਗੁਣਾਂ ਦਾ ਬਖਿਆਨ ਨਹੀਂ ਹੋ ਸਕਦਾ। ਸਾਰੀ ਸ੍ਰਿਸ਼ਟੀ ਵੀ ਤੈਨੂੰ ਜਪੇ ਤੇ ਤੇਰਾ ਅੰਤ ਨਹੀਂ ਪਾ ਸਕਦੀ। ਬੇਅੰਤਾ ਬੇਅੰਤ ਗੁਣ ਤੇਰੇ, ਆਖੋ ਬੇਅੰਤਾ ਵਾਹਿਗੁਰੂ ਤੂੰ ਬੇਅੰਤ ਹੈ, ਬੇਅੰਤਾ ਬੇਅੰਤਾ। ਕਿੱਥੇ ਗਾਵਾਂ ਰਾਮ, ਕਿੱਥੇ ਤੱਕ ਗਾਵਾਂ, ਤੇਰੇ ਚਰਨਾਂ ਤੇਰੇ ਚਰਨ ਧੂੜ ਵੱਡ ਭਾਗੀ ਪਾਵਾਂ ਰਾਮ, ਬੇਅੰਤਾ ਅੰਤ ਕਿੰਨੇ ਨਾ ਲੱਖਣੀ, ਕੋਈ ਪਾਰ ਨਹੀਂ ਪਾ ਸਕਦਾ ਉਸ ਵਾਹਿਗੁਰੂ ਜੀ ਦਾ। ਅਤੇ ਵਾਹਿਗੁਰੂ ਜੀ ਧੰਨ ਗੁਰੂ ਗ੍ਰੰਥ ਸਾਹਿਬ, ਤੁਸੀਂ ਬੇਅੰਤ ਹੋ, ਸ਼ਬਦ ਰੂਪ ਵਿੱਚ ਹੋ, ਰੱਬ ਹੋ, ਪਰਮੇਸ਼ਰ ਹੋ, ਤੁਹਾਡਾ ਅੰਤ ਕੋਈ ਨਹੀਂ ਪਾ ਸਕਦਾ। ਬੇਅੰਤ ਵਰਨ ਨਾ ਸਾਕੋ ਜੈਸਾ ਤੂੰ, ਵਰਨ ਨਾ ਸਾਕੋ ਜੈਸਾ ਤੂੰ। ਗਾਓ ਪਿਆਰਿਓ, ਵਰਨ ਨਾ ਸਾਕੋ ਸਾਚੇ ਅਲੱਖੇ ਪਾਰਾ, ਸਾਚੇ ਅਲੱਖੇ ਪਾਰਾ, ਸਾਚੇ ਅਲੱਖੇ ਪਾਰਾ, ਸਾਚੇ ਅਲੱਖੇ ਪਾਰਾ। ਵਰਨ ਨਾ ਵਰਨ ਨਾ ਸਾਕੋ ਜੈਸਾ, ਗਾ ਲਓ ਪਿਆਰਿਓ, ਗਾ ਲਓ ਵਰਨ ਨਾ ਸਾਕੋ ਜੈਸਾ ਤੂੰ ਹੈ, ਵਰਨ ਨਾ ਸਾਕੋ। ਇਹ ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਸਤਿਗੁਰ ਪਰਮੇਸ਼ਰ ਮੇਰਾ,
ਰਾਮ ਕਲੀ ਮਹੱਲਾ ਤੀਜਾ।